इंडिया न्यूज़। मामले की पड़ताल की जा रही है ते ड्रोन दे जरिए हथियारा दी जड़ी खेप है वह पंजाब च आई सी ते बड़ी तादाद च हथियार बरामद किए गए सी। चारा मुलजमान को जुडिशियल रिमांड से भेज दिया गया है। अहम खुलासे होने की उम्मीद है। हालांकि आकाशदीप भी मदद कर रहा है पुलिस दी NIA दी। इस तो पहला भी आकाशदीप की निशानदेही से ड्रोन के अवशेष बरामद किए गए सी। अमृतसर तो भी एक होर KGF का मैंबर आकाशदीप की निशानदेही से ही फड़े गया सी। आकाशदीप बलवंत मान सिंह ते शिवदीप नू पेश किया गया। वड्डी खबर लगातार तुहानू सिखा रहे हैं। ये तस्वीर 9 कुल मिला के मुलजमान नू पहला पेशी लई लैके गई सी NIA ते पंजा नू फिलहाल जेल च भेजा गया। चारा नू अज NIA की अदालत च पेश किया गया। KGF के चार मैंबर ने यह लगातार तुहानू खबर विखा रहे हैं। शुभदीप आकाशदीप बलवंत ते मान सिंह हैगा इन्हां दा नाम। चारा का नाम तुहानू दस रहे हैं बकायदा तस्वीरों के नाल। चारा मुलजमान नू जुडिशियल रिमांड से भेज दिता गया है। ये तस्वीर तुसी वेख रहे हो। ਨੌ ਜਣਿਆਂ ਨੂੰ ਪੇਸ਼ ਕੀਤਾ ਸੀ, 5 ਨੂੰ ਜੁਡੀਸ਼ੀਅਲ, 7 ਨਵੰਬਰ ਤੱਕ ਕੀਤਾ ਸੀ ਤੇ 4 ਦਾ ਮਾਨ ਸਿੰਘ, ਬਲਵੰਤ ਸਿੰਘ, ਕਾਸ਼ਦੀਪ ਸਿੰਘ, ਸ਼ੁਭਦੀਪ ਸਿੰਘ ਦਾ ਰਿਮਾਂਡ ਸੀਗਾ ਅੱਜ ਤੱਕ ਦਾ। ਅੱਜ NIA ਨੇ ਰਿਮਾਂਡ ਤੋਂ ਬਾਅਦ ਅੱਜ NS ਗਿੱਲ ਸਾਹਿਬ ਦੀ ਕੋਰਟ 'ਚ ਪੇਸ਼ ਕੀਤਾ, ਜਿੱਥੇ ਉਹਨਾਂ ਨੇ ਆਪ ਹੀ ਉਹਦੀ ਜੁਡੀਸ਼ੀਅਲ ਦੀ ਜਿਹੜੀ ਰਿਕੁਐਸਟ ਕੀਤੀ ਆ ਕੋਰਟ ਨੇ ਉਹ ਮੰਨ ਕੇ ਤੇ 7-11 ਤੱਕ ਇਹਨਾਂ ਨੂੰ ਦੁਬਾਰੇ ਜਿਹੜਾ ਸੈਂਟਰਲ ਜੇਲ੍ਹ ਅੰਮ੍ਰਿਤਸਰ 'ਚ ਭੇਜ ਦਿੱਤਾ ਹੈਗਾ। ਹੋਰ ਕੋਈ ਜਿਹੜੀ ਕਾਰਵਾਈ ਨਹੀਂ ਹੋਈ। ਹੁਣ 7-11 ਨੂੰ ਥਰੂ ਵੀਡੀਓ ਕਾਨਫਰੰਸਿੰਗ 9 ਦੇ 9 ਜਣਿਆਂ ਨੂੰ ਪੇਸ਼ ਕੀਤਾ ਜਾਊਗਾ ਤੇ ਕੋਰਟ ਦੇ ਵਿੱਚ ਜਦੋਂ ਉਹ ਫਿਰ ਚਲਾਨ ਪੇਸ਼ ਆਊਗਾ ਤੇ ਫਿਰ ਅਗਲੀ ਕਾਰਵਾਈ ਕੇਸ। ਵੱਡੀ ਖਬਰ ਲਗਾਤਾਰ ਤੁਸੀਂ ਵੇਖ ਰਹੇ ਹੋ। KGF ਦੇ ਚਾਰ ਮੈਂਬਰਾਂ ਦੀ ਮੋਹਾਲੀ 'ਚ ਅੱਜ ਪੇਸ਼ੀ ਹੋਈ। ਫਿਲਹਾਲ ਉਸ ਤੋਂ ਮਗਰੋਂ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਗਿਆ। ਆਕਾਸ਼ਦੀਪ, ਬਲਵੰਤ, ਮਾਨ ਸਿੰਘ, ਸ਼ੁਭਦੀਪ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ। ਚਾਰਾਂ ਮੁਲਜ਼ਮਾਂ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਅਹਿਮ ਖੁਲਾਸੇ ਹੋਣ ਦੀ ਅਜੇ ਵੀ ਉਮੀਦ ਹੈ ਕਿਉਂਕਿ ਮੁਲਜ਼ਮਾਂ ਵੱਲੋਂ ਅਹਿਮ ਖੁਲਾਸੇ ਕੀਤੇ ਜਾ ਰਹੇ ਨੇ ਸਮੇਂ ਸਮੇਂ ਸਿਰ ਅਤੇ ਉਹਨਾਂ ਖੁਲਾਸਿਆਂ ਦੇ ਸਦਕਾ ਫਿਲਹਾਲ ਇੱਕ ਤੋਂ ਬਾਅਦ ਇੱਕ ਸਫਲਤਾ ਮਿਲਦੀ ਨਜ਼ਰ ਆ ਰਹੀ ਹੈ। ਜਤਿੰਦਰ ਸਬਰਵਾਲ ਸਾਡੇ ਪੱਤਰਕਾਰ ਸਾਡੇ ਨਾਲ ਜੁੜੇ ਨੇ ਮੋਹਾਲੀ ਤੋਂ। ਜਤਿੰਦਰ, ਕੀ ਕੁਝ ਖਾਸ ਰਿਹਾ? ਦੇਖੋ ਅਮਰ, ਜਿਹੜਾ ਇਹ ਡਰੋਨ ਮਾਮਲਾ ਸੀਗਾ ਇਹਦੇ ਵਿੱਚ NIA ਵੱਲੋਂ ਜਿਹੜੇ ਕਿ 4 ਆਰੋਪੀ ਸੀਗੇ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਮਾਣਯੋਗ ਅਦਾਲਤ ਨੇ ਉਹਨਾਂ ਨੂੰ ਜੁਡੀਸ਼ੀਅਲ ਰਿਮਾਂਡ 'ਚ ਭੇਜ ਦਿੱਤਾ। ਅਮਰ, ਵੱਡੀ ਗੱਲ ਲੱਗੀ, NIA ਵੱਲੋਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਉਹਨਾਂ ਦੇ ਵਕੀਲ ਦਾ ਇਹੀ ਕਹਿਣਾ ਸੀਗਾ, ਜਸਪਾਲ ਸਿੰਘ ਮੰਝਪੁਰ ਦਾ, ਕਿ ਜਿਹੜਾ ਮਾਨ ਸਿੰਘ ਆ ਉਹ ਆਲਰੇਡੀ 2.5 ਸਾਲ ਤੋਂ ਜੇਲ੍ਹ ਦੇ ਵਿੱਚ ਬੰਦ ਆ, ਪੁਲਿਸ ਨੇ ਜਿਹੜਾ ਇੰਪਲਾਂਟ ਕੀਤਾ ਵਾ ਉਹਨਾਂ ਦਾ ਕੋਈ ਕਸੂਰ ਨਹੀਂ ਆ। ਪਰ ਫਿਰ ਵੀ NIA ਵੱਲੋਂ ਪੂਰੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ, ਜਾਂਚ ਕੀਤੀ ਜਾ ਰਹੀ ਹੈ ਵੀ ਇਹ ਜਿਹੜੇ ਹਥਿਆਰ ਆ ਇਹ ਕਿਵੇਂ ਆਏ, ਕੀ ਕਰਨਾ ਸੀ ਇਹਨਾਂ ਨੇ, ਕਿਉਂਕਿ ਇਹਨਾਂ ਦੇ ਜਿਹੜੇ ਦੋ ਦੋਸ਼ੀ ਆ ਇੱਕ ਦੀ ਲੱਤ ਤੋਂ ਬਿਲਕੁਲ ਹੀ ਚੱਲਿਆ ਜਾ ਰਿਹਾ ਔਰ ਦੋ ਕਾਫੀ ਬਿਰਧ ਹੈਗੇ, ਬਾਕੀ ਸਾਰੇ ਯੁਵਾ ਨੇ। ਔਰ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈਗਾ ਕਿ ਜਿਹੜੀ ਯੁਵਾ ਪੀੜ੍ਹੀ ਆ ਉਹ ਦਹਿਸ਼ਤਗਰਦੀ ਵੱਲ ਕਿਉਂ ਜਾ ਰਹੀ ਆ, ਜਿਸ ਨੂੰ ਲੈ ਕੇ ਪੂਰੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਜਿਹੜੇ ਹੋਰ ਕੁਝ ਬੰਦੇ ਆ ਸਲੀਪਰ ਸੈੱਲ ਆ ਉਹਨਾਂ ਤੱਕ ਵੀ ਪਹੁੰਚਿਆ ਜਾਵੇ। ਜੀ ਅਮਰ, ਇਹ ਚਾਰਾਂ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ ਗਿਆ ਹੈ, ਯਾਨੀ ਕਿ ਹੁਣ ਵੀ NIA ਨੂੰ ਉਮੀਦ ਹੈ ਕਿ ਅਹਿਮ ਖੁਲਾਸੇ ਹੋ ਸਕਦੇ ਨੇ ਆਉਣ ਵਾਲੇ ਸਮੇਂ 'ਚ, ਕਿਉਂਕਿ ਕਈ ਸਵਾਲ ਨੇ ਜਿਨ੍ਹਾਂ ਦੇ ਜਵਾਬ ਅਤੇ ਅਜੇ ਤੱਕ ਉਹਨਾਂ ਮਸਲਿਆਂ 'ਤੇ ਖੁਲਾਸਾ ਨਹੀਂ ਹੋਇਆ, ਜਿਵੇਂ ਕਿ ਇਹਨਾਂ ਦੇ ਅੱਗੇ ਆਕਾ ਕੌਣ ਨੇ, ਕਿਹਨਾਂ ਨਾਲ ਇਹਨਾਂ ਦਾ ਸੰਬੰਧ ਹੈ ਅਤੇ ਕਿੱਥੋਂ ਫਿਲਹਾਲ ਇਹ ਹਥਿਆਰਾਂ ਦੀ ਖੇਪ ਆਈ, ਕਿਸ ਤਰ੍ਹਾਂ ਲਿਆਂਦੀ ਗਈ ਅਤੇ ਅੱਗੇ ਕਿੱਥੇ ਇਹਨਾਂ ਨੇ ਮਿਸ਼ਨ ਨੂੰ ਅੰਜਾਮ ਦੇਣਾ ਸੀ ਜਾਂ ਫਿਰ ਦੂਜੇ ਗੁੱਟ ਨੂੰ ਅੱਗੇ ਸਪਲਾਈ ਕਰਨੀ ਸੀ, ਇਸ ਤਰ੍ਹਾਂ ਦੇ ਅਣਗਿਣਤ ਸਵਾਲ ਨੇ। ਮੈਂ ਫਿਰ ਦੱਸਾਂਗਾ ਕਿ ਪਹਿਲਾਂ ਇਸ ਮਾਮਲੇ ਦੀ ਜਾਂਚ ਜਿਹੜੀ ਸੀਗੀ ਉਹ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਸੀ, ਪਰ ਇਹ ਹੁਣ ਕੌਮੀ ਜਾਂਚ ਏਜੰਸੀ NIA ਦੇ ਵੱਲੋਂ ਇਹਦੀ ਜਾਂਚ ਕੀਤੀ ਜਾ ਰਹੀ ਆ। ਔਰ NIA ਇੱਕ ਇਹੋ ਜਿਹੀ ਏਜੰਸੀ ਆ ਜੋ ਕਿ ਆਪਣੀ ਜਿਹੜੀ ਪੜਤਾਲ ਹੁੰਦੀ ਆ ਉਹ ਛੇਤੀ ਕੀਤਾ ਮੀਡੀਆ ਨਾਲ ਜਾਂ ਕਿਸੇ ਹੋਰ ਬੰਦੇ ਨਾਲ ਸ਼ੇਅਰ ਨਹੀਂ ਕਰਦੀ, ਕਿਉਂਕਿ ਜਿਹੜਾ ਇਹ ਰਿਮਾਂਡ ਸੀਗਾ 16 ਤਰੀਕ ਤੱਕ ਦਾ, ਔਰ ਇਸ ਰਿਮਾਂਡ ਦੇ ਦੌਰਾਨ ਹੋ ਸਕਦਾ ਕਿ ਇਹਨਾਂ ਨੇ ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜੇ ਅਧਿਕਾਰੀ ਆ NIA ਦੇ ਉਹਨਾਂ ਨੇ ਪੜਤਾਲ ਕੀਤੀ ਹੋਵੇ, ਜਿਸ ਤੋਂ ਬਾਅਦ ਅੱਜ
पुलिस रिमांड तो बाद अज जुडिशियल रिमांड से भेजता। इसका मतलब कुछ ना कुछ इन्होंने हाथ क्ल्यू जरूर लग्या वा भी हथियार कितों आए थे, आका कौन सी, और इस अलावा भी होर भी कोई गिरफ्तारियां होने की संभावना, क्योंकि यह छोटा मोटा मामला नहीं है। 9 आरोपी नहीं हो सकते, इस तो वध आरोपी भी हो सकते जिस दी गिरफ्तारियां जिहड़ियां आने वाले समय हो सकदियां। जी अमर, ठीक है, धन्यवाद जी। यानी कि डिलीवरी लैन वाले होर हो सकते हैं, हालांकि वारदात को घटनावां को अंजाम देने वाले होर स्लीपर सैल्स भी हो सकते हैं।